ਬਹੁਤ ਔਖਾ ਲੱਗਦਾ ਹੈਗਾ ਜਦੋਂ ਇੰਨੀ ਗਰਮੀ ਦੇ ਵਿੱਚ ਉਹਦੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਹੈਗੇ। ਬਹੁਤ ਮਨ ਉਦਾਸ ਹੁੰਦਾ ਹੈਗਾ ਵੀ ਕਾਸ਼ ਜੇ ਕੋਈ ਵਧੀਆ ਵੱਡੇ ਪੱਧਰ 'ਤੇ ਕੰਮ ਮਿਲਿਆ ਹੁੰਦਾ, ਮੈਂ ਅੱਜ ਉਹਦੇ ਬੱਚੇ ਨਾਲ ਰੋਲਦੀ। ਮੇਰੇ ਘਰ ਦੇ ਹਾਲਾਤ ਇੰਨੇ ਮਾੜੇ ਆ, ਮੇਰਾ ਘਰ ਵੀ ਤੁਸੀਂ ਦੇਖ ਸਕਦੇ ਹੋਗੇ ਛੱਤ ਡਿੱਗ ਗਈ ਸੀਗੀ। ਮਾਡਲਿੰਗ ਦੇ ਵਿੱਚ ਇੰਨੀ ਕਮਾਈ ਨਹੀਂ ਹੋ ਰਹੀ ਸੀਗੀ ਵੀ ਮੈਂ ਆਪਦੇ ਬੱਚਿਆਂ ਨੂੰ ਵਧੀਆ ਰੋਟੀ ਖਵਾ ਸਕਾਂ। ਮੈਂ ਝੋਨਾ ਲਾਉਣ ਲਈ ਮਜਬੂਰ ਹਾਂ ਹੁਣ, ਵੀ ਨਾ ਹੀ ਮੈਨੂੰ ਕੋਈ ਦੁਬਾਰਾ ਕੰਮ ਮਿਲ ਰਿਹਾ ਹੈਗਾ ਵੀ ਮੈਂ ਮਾਡਲਿੰਗ ਦੇ ਵਿੱਚ ਦੁਬਾਰਾ ਕੰਮ ਕਰਾਂ। ਮੈਂ ਫਿਲਮਾਂ ਅਤੇ ਗੀਤਾਂ ਦੇ ਵਿੱਚ ਮਾਡਲਿੰਗ ਕੀਤੀ ਹੈਗੀ ਅਤੇ ਉਸ ਵਿੱਚ ਮੈਨੂੰ ਕੋਈ ਇੰਨਾ ਕੋਈ ਬਜਟ ਨਹੀਂ ਮਿਲਦਾ ਸੀਗਾ ਜਿਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਹੋ ਸਕੇ ਅਤੇ ਮੇਰੇ ਦੋ ਬੱਚਿਆਂ ਵੀ ਮੈਂ ਉਹਨਾਂ ਨੂੰ ਕੋਈ ਵਧੀਆ ਸਕੂਲ 'ਚ ਪੜ੍ਹਾ ਸਕਾਂ। ਸੋਨਮ ਸਿੱਧੂ ਅਤੇ ਬਲਜਿੰਦਰ ਸੰਘੀਲਾ ਜੀ ਹੋਰਾਂ ਨਾਲ ਕੰਮ ਕੀਤਾ ਹੈ, ਉਸ ਤੋਂ ਵੱਧ ਮੈਨੂੰ ਕੋਈ ਵੀ ਐਕਟਰ ਜਾਂ ਕੋਈ ਕਿਸੇ ਨਾਲ ਜ਼ਿਆਦਾ ਤਾਲਮੇਲ ਨਹੀਂ ਹੋਇਆ ਹੈਗਾ ਅਤੇ ਮੈਂ ਅੱਜ ਵੀ ਚਾਹੁੰਦੀ ਹਾਂ ਵੀ ਜੇ ਮੈਨੂੰ ਕੋਈ ਕੰਮ ਮਿਲੇ ਤਾਂ ਮੈਂ ਅੱਜ ਵੀ ਕੰਮ ਕਰਨਾ ਚਾਹੁੰਦੀ ਹੈਗੀ। ਸਤਿ ਸ਼੍ਰੀ ਅਕਾਲ, ਤੁਸੀਂ ਲੋਕ ਰਾਏ ਟੀ ਵੀ ਦੇਖ ਰਹੇ ਹੋ ਅਤੇ ਮੈਂ ਹਾਂ ਪਰਮਿੰਦਰ ਸਿੰਘ। ਇਸ ਵਕਤ ਮਾਨਸਾ ਖੁਰਦ ਦੇ ਵਿੱਚ ਮੌਜੂਦ ਹਾਂ, ਜ਼ਿਲ੍ਹਾ ਮਾਨਸਾ ਦੇ ਵਿੱਚ। ਤੁਹਾਨੂੰ ਇੱਕ ਤਸਵੀਰ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ। ਮੇਰੇ ਨਾਲ ਇੱਕ ਲੜਕੀ ਬੈਠੀ ਹੈ, ਸੋਨਮ ਕੌਰ। ਲੰਮਾ ਸਮਾਂ ਫਿਲਮਾਂ ਅਤੇ ਗੀਤਾਂ ਦੇ ਵਿੱਚ ਮਾਡਲਿੰਗ ਕੀਤੀ, ਉਸ ਤੋਂ ਬਾਅਦ ਅਚਾਨਕ ਘਰ ਦੇ ਹਾਲਾਤ ਬਦਲੇ, ਸਮਾਂ ਇਹੋ ਜਿਹਾ ਆ, ਸਮੇਂ ਦੀ ਕਰਕਟ ਬਦਲੀ ਕੇ ਮਜਬੂਰਨ ਹੁਣ ਖੇਤਾਂ ਦੇ ਵਿੱਚ ਝੋਨਾ ਲਾਉਣਾ ਪੈ ਰਿਹਾ, ਝੋਨਾ ਲਾ ਕੇ ਘਰ ਦਾ ਗੁਜ਼ਾਰਾ ਚਲਾਉਣਾ ਪੈ ਰਿਹਾ। ਅਤੇ ਕਦੇ ਸਮਾਂ ਸੀ ਚੰਗੇ ਸਿੰਗਰਾਂ ਦੇ ਨਾਲ ਅਤੇ ਚੰਗੇ ਅਦਾਕਾਰਾਂ ਨਾਲ ਫਿਲਮਾਂ ਅਤੇ ਗੀਤਾਂ ਦੇ ਵਿੱਚ ਕੰਮ ਕੀਤਾ, ਪਰ ਹੁਣ ਝੋਨਾ ਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ। ਮੇਰੇ ਨਾਲ ਸੋਨਮ ਨੇ। ਸੋਨਮ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹਾਂਜੀ, ਠੀਕ ਹੈ। ਲੰਮਾ ਸਮਾਂ ਗੀਤਾਂ ਦੇ ਵਿੱਚ ਕੰਮ ਕੀਤਾ, ਫਿਲਮ ਵੀ ਤੁਸੀਂ ਕੰਮ ਕੀਤਾ, ਫਿਰ ਅਚਾਨਕ ਇੱਧਰਲੇ ਪਾਸੇ ਕਿਵੇਂ, ਸਮੇਂ ਨੇ ਇੰਨੀ ਤਬਦੀਲੀ ਕਿਵੇਂ ਕਰਤੀ? ਮੈਂ ਫਿਲਮਾਂ ਅਤੇ ਗੀਤਾਂ ਦੇ ਵਿੱਚ ਮਾਡਲਿੰਗ ਕੀਤੀ ਹੈਗੀ ਅਤੇ ਉਸ ਵਿੱਚ ਮੈਨੂੰ ਕੋਈ ਇੰਨਾ ਕੋਈ ਬਜਟ ਨਹੀਂ ਮਿਲਦਾ ਸੀਗਾ ਜਿਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਹੋ ਸਕੇ ਅਤੇ ਮੇਰੇ ਦੋ ਬੱਚਿਆਂ ਵੀ ਮੈਂ ਉਹਨਾਂ ਨੂੰ ਕੋਈ ਵਧੀਆ ਸਕੂਲ 'ਚ ਪੜ੍ਹਾ ਸਕਾਂ, ਵੀ ਉਹਨਾਂ ਨੂੰ ਕੋਈ ਵਧੀਆ ਜ਼ਿੰਦਗੀ ਦੇ ਸਕਾਂ। ਇਸ ਕਰਕੇ ਵੀ ਮੈਨੂੰ ਝੋਨਾ ਲਾਉਣ ਲਈ ਮਜਬੂਰ ਹੋਣਾ ਪੈ ਗਿਆ। ਮਾਡਲਿੰਗ ਦੇ ਵਿੱਚ ਇੰਨੀ ਕਮਾਈ ਨਹੀਂ ਹੋ ਰਹੀ ਸੀਗੀ ਵੀ ਮੈਂ ਆਪਦੇ ਬੱਚਿਆਂ ਨੂੰ ਵਧੀਆ ਰੋਟੀ ਖਵਾ ਸਕਾਂ। ਜਿਵੇਂ ਤੁਸੀਂ ਦੱਸਿਆ ਵੀ ਕੋਈ ਬਾਹਲੀ ਚੰਗੀ ਕਮਾਈ ਨਹੀਂ ਹੁੰਦੀ ਸੀ ਜਦੋਂ ਕਰਦੇ ਸੀ ਕੰਮ, ਉਦੋਂ ਹਾਲਾਤ ਉਦੋਂ ਵੀ ਇਸ ਤਰੀਕੇ ਦੇ ਸੀ ਘਰ ਦੇ ਕਿ ਹਾਲਾਤ ਬਾਅਦ ਦੇ ਵਿੱਚ ਮਾੜੇ ਹੁੰਦੇ ਆਏ? ਹਾਲਾਤ ਤਾਂ ਪਹਿਲਾਂ ਵੀ ਐਵੇਂ ਸੀਗੇ, ਜਦੋਂ ਮੈਨੂੰ ਮਾਡਲਿੰਗ ਦਾ ਕੰਮ ਮਿਲਿਆ, ਮੈਂ ਮਾਡਲਿੰਗ ਸ਼ੁਰੂ ਕੀਤੀ ਹੈ ਤਾਂ ਮੈਨੂੰ ਇਹ ਲੱਗਦਾ ਸੀਗਾ ਵੀ ਮੈਂ ਮਾਡਲਿੰਗ ਕਰੂੰਗੀ ਅਤੇ ਵਧੀਆ ਪੈਸੇ ਕਮਾਊਂਗੀ, ਆਪਦੇ ਘਰ ਦਾ ਗੁਜ਼ਾਰਾ ਵਧੀਆ ਕਰੂੰਗੀ। ਪਰ ਫਿਰ ਵੀ ਮੈਂ ਮਾਡਲਿੰਗ ਦੇ ਕਰਨ ਨਾਲ ਵੀ ਫਿਰ ਵੀ ਮੇਰੇ ਘਰ ਦਾ ਗੁਜ਼ਾਰਾ ਵਧੀਆ ਨਹੀਂ ਚੱਲਿਆ। ਮੈਂ ਆਪਦੇ ਬੱਚਿਆਂ ਨੂੰ ਕੋਈ ਵਧੀਆ ਖਾਸ ਸਕੂਲ 'ਚ ਪੜ੍ਹਾ ਨਹੀਂ ਸਕਦੀ ਹੈਗੀ, ਇੰਨਾ ਰੁਜ਼ਗਾਰ ਹੈ ਨਹੀਂ ਗਾ ਵੀ ਮੈਂ ਆਪਦੇ ਬੱਚਿਆਂ ਨੂੰ ਵਧੀਆ ਰੋਟੀ ਦੇਵਾਂ ਦੋ ਟਾਈਮ ਦੀ। ਤਾਂ ਕਰਕੇ ਵੀ ਮੈਂ ਝੋਨਾ ਲਾਉਣ ਲਈ ਮਜਬੂਰ ਹਾਂ ਹੁਣ, ਵੀ ਨਾ ਹੀ ਮੈਨੂੰ ਕੋਈ ਦੁਬਾਰਾ ਕੰਮ ਮਿਲ ਰਿਹਾ ਹੈਗਾ ਵੀ ਮੈਂ ਮਾਡਲਿੰਗ ਦੇ ਵਿੱਚ ਦੁਬਾਰਾ ਕੰਮ ਕਰਾਂ। ਅੱਛਾ, ਜਦੋਂ ਤੁਸੀਂ ਉਦੋਂ ਕੰਮ ਕਰਦੇ ਸੀ ਉਦੋਂ ਕਿਹੜੇ ਕਿਹੜੇ ਜਿਹੜੇ ਸਿੰਗਰ ਸੀ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ, ਅਤੇ ਮੁੜ ਕੇ ਉਹਨਾਂ ਨਾਲ ਰਾਬਤਾ ਨਹੀਂ ਕਾਇਮ ਕੀਤਾ ਕਿ ਮੇਰੇ ਘਰ ਦੇ ਹਾਲਾਤ ਭਾਈ ਇਹ ਹੋ ਗਏ ਅਤੇ ਹੁਣ ਮੈਨੂੰ ਕੋਈ ਚੰਗਾ ਜਿਹੜਾ ਹੈਗਾ ਕੋਈ ਸੌਂਗ ਦੇ ਵਿੱਚ ਸਮਾਂ ਦਿਓ ਜਾਂ ਮੈਨੂੰ ਉਹਦੇ ਵਿੱਚ ਰੋਲ ਦਿਓ? ਮੈਂ ਬਲਜਿੰਦਰ ਸੰਘੀਲਾ ਜੀ ਅਤੇ ਸੋਨਮ ਸਿੱਧੂ ਜੀ ਹੋਰਾਂ ਨਾਲ ਸੌਂਗ ਕੀਤੇ ਹੈਗੇ ਅਤੇ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਮੇਰੇ ਘਰ ਦੇ ਹਾਲਾਤ ਇਹ ਨੇ, ਪਰ ਉਸ ਵਿੱਚ ਕੋਈ ਜ਼ਿਆਦਾ ਕਮਾਈ ਨਹੀਂ ਦੇ ਰਹੇ, ਉਹ ਪੈਸੇ ਨਹੀਂ ਦੇ ਰਹੇ ਹੈਗੇ। ਤਾਂ ਕਰਕੇ ਵੀ ਮੈਂ ਝੋਨਾ ਲਾ ਰਹੀ ਹੈਗੀ ਵੀ ਜੇ ਮੈਨੂੰ ਕੋਈ ਵਧੀਆ ਪੈਸੇ ਮਿਲਣ ਤਾਂ ਮੈਂ ਦੁਬਾਰਾ ਕੰਮ ਕਰ ਲਵਾਂਗੀ। ਅੱਛਾ, ਤੁਸੀਂ ਹੁਣ ਝੋਨਾ ਲਾਉਣ ਪਰਿਵਾਰ ਦੇ ਵਿੱਚ ਹੁਣ ਕਿੰਨੇ ਜਾਣੇ ਨੇ ਤੁਹਾਡੇ? ਅਸੀਂ 6 ਜਣੇ ਜੀ, ਮੈਂ, ਮੇਰਾ ਹਸਬੈਂਡ, ਮੇਰੇ ਦੋ ਬੱਚੇ ਆ ਜੀ, ਇਹ ਮੇਰੀ ਗੁੱਡੀ ਹੈਗੀ ਅਤੇ ਮੇਰੇ ਸੱਸ ਸਹੁਰਾ ਹੈਗੀ, ਉਹ ਵੀ ਨਾਲ ਮੇਰੇ ਝੋਨਾ ਲਾਉਂਦੇ ਜੀ। ਤੁਸੀਂ ਸਾਰੀ ਇੱਕ ਫੈਮਿਲੀ ਫਿਰ ਝੋਨਾ ਲਾਉਣੇ ਇਕੱਠੇ? ਅੱਛਾ, ਜਦੋਂ ਤੁਸੀਂ ਫਿਲਮਾਂ ਦੇ ਵਿੱਚ ਕੰਮ ਕੀਤਾ, ਫਿਲਮਾਂ ਤੋਂ ਬਾਅਦ ਕੋਈ ਫਿਰ ਤੁਹਾਡੇ ਨਾਲ ਕਿਸੇ ਪ੍ਰੋਡਿਊਸਰ ਨੇ ਕਿਸੇ ਡਾਇਰੈਕਟਰ ਨੇ ਤਾਲਮੇਲ ਨਹੀਂ ਬਣਾਇਆ, ਜਦੋਂ ਤੁਸੀਂ ਪਹਿਲਾਂ ਦੱਸਿਆ ਇੱਕ ਦੋ ਮੈਂ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ? ਨਹੀਂ ਜੀ, ਕੋਈ ਵੀ ਇਹੋ ਜਿਹਾ ਕੋਈ ਐਕਟਰ ਜਾਂ ਕੋਈ ਪ੍ਰੋਡਿਊਸਰ ਕਿਸੇ ਨੇ ਕੋਈ ਤਾਲਮੇਲ ਨਹੀਂ ਬਣਿਆ ਹੈਗਾ ਕਿਸੇ ਨਾਲ ਵੀ ਜੋ ਮੈਨੂੰ ਕੋਈ ਵਧੀਆ ਪੱਧਰ 'ਤੇ ਕੰਮ ਮਿਲ ਸਕੇ। ਮੈਂ ਸੋਨਮ ਸਿੱਧੂ ਅਤੇ ਬਲਜਿੰਦਰ ਸੰਘੀਲਾ ਜੀ ਹੋਰਾਂ ਨਾਲ ਕੰਮ ਕੀਤਾ ਹੈ, ਉਸ ਤੋਂ ਵੱਧ ਮੈਨੂੰ ਕੋਈ ਵੀ ਐਕਟਰ ਜਾਂ ਕੋਈ ਕਿਸੇ ਨਾਲ ਜ਼ਿਆਦਾ ਤਾਲਮੇਲ ਨਹੀਂ ਹੋਇਆ ਹੈਗਾ ਅਤੇ ਮੈਂ ਅੱਜ ਵੀ ਚਾਹੁੰਦੀ ਹਾਂ ਵੀ ਜੇ ਮੈਨੂੰ ਕੋਈ ਕੰਮ ਮਿਲੇ ਤਾਂ ਮੈਂ ਅੱਜ ਵੀ ਕੰਮ ਕਰਨਾ ਚਾਹੁੰਦੀ ਹੈਗੀ, ਕਿਉਂਕਿ ਮੇਰੇ ਘਰ ਦੇ ਹਾਲਾਤ ਇੰਨੇ ਮਾੜੇ ਆ, ਮੇਰਾ ਘਰ ਵੀ ਤੁਸੀਂ ਦੇਖ ਸਕਦੇ ਹੋਗੇ ਛੱਤ ਡਿੱਗ ਗਈ ਸੀਗੀ
मैं क्लब तो मदद लैके कुछ हरिंदर मान साइया जी होर तो मदद लैके आपका एक कमरा खड़ा किया जिसने सत्त डिगण कारण मेरा सारा समान भी टुट गया सीगा तो भी मैं किसी वालों कोई सहायता नहीं मिली सी भी मैं हूँ भी जे कोई मैं कोई वधिया बड़े पद्धर से कम मिलता तो मैं कम करना चाहनी हैगी भी जिदे नाल मेरे घर का गुजारा वधिया चल सके। फिल्म केड़ी दे विच काम कीता सी? मैं ओड़क सच रही फिल्म दे विच काम कीता सी, पंजाबी फिल्म हैगी बलजिंदर संगीला जी होर नाल ही काम कीता सी गई। अच्छा जो तुसी उदो गीत वगैरह करदे सी उदो तां समा चंगा लगता होना, उदो ये कदे मन दे विच सोचा सी भी कदे आ हालात ना बन जाण? उदो बहुत चंगा समा लंघदा सी? उदो चंगा लगता सीगा पर इन्ना नहीं पता सीगा भी इन्नी कमाई नहीं होनी हैगी भी इन्ने घर के हालात माड़े हो जाएंगे भी इन्नी गर्मी के आपके बच्चों नाल लैके झोना लाना पवेगा इत्थे। ये कदे नहीं सोचा सीगा भी आपके बच्चों भी असी आपकी आपकी जिंदगी तो जिवें हैगी असी कट रहे भी आपके बच्चों भी नहीं वधिया जिंदगी दे सकांगे असी। अच्छा हुण दे अदाकार जिहड़े हैगे ने तुसी पहला समा काम कीता ते फर्क लगता कि उन्हां अदाकारां दे बरोबर दे तुसी भी काम कर सकते हो जे अज काम मिलदा तुहानूं? हाँ मैं बहुत वधिया काम कीता पहला भी मैं ये भी हुण भी कहनी हाँ भी मैं हुण दियां कुड़ियां नालों मुंडियां नालों बहुत वधिया ज़्यादा काम करूँगी जे मैनूं कोई वधिया वड्डे पद्धर ते काम मिलदा मैं बहुत वधिया ज़्यादा मन ला के काम करूँगी। अच्छा जदों तुसी एक दो सोंग वगैरह किए या फिल्मा वगैरह कीतिया उस तो बाद तुहानू काम भी नहीं मिलिया तो फिर तुसी झोना लाउण तो पहला कोई होर काम करते सी जां कितें कोई स्टेज वगैरह ते काम करन लई चले जांदे सी? नहीं मैं आपदे घरे लोरां बनाउंदी सी सिलाई दा स्टिच दा काम करदी हैगी भी जिहदे नाल बस आपदा घर दा गुजारा जिहा हो जांदा गा। जदों भी मैं वेहली हुंदी आ मैनूं काम नहीं मिलदा मैं घरे काम कर लैंदी आ कपड़े सिओ लैंदी आ लोरां सिओ लैंदी हैगी। अच्छा मन दे विच कदे मलाल आउंदा? सोचदे तां होवोंगे भी रब्बा काश कितें तां अज वाले दिन इन्नी गर्मी दे विच तत्ते गर्म पानी दे विच झोना लाउणा पै रिहा। कदे ओह दिन जदों मॉडलिंग करदे सी ते एसीआं दे विच बैठे सी? हाँ बहुत औखा लगता गा जो इन्नी गर्मी के आपके बच्चों को नाल लैके आने गए बहुत मन उदास होंगे गा भी काश जे कोई वधिया वड्डे पद्धर ते काम मिले होंगे मैं अज आपके बच्चे नाल। मैं ये सोचती भी हूँ भी जो मैं कोई वधिया वड्डे पद्धर ते काम मिलता मैं वधिया मन ला के काम करूँगी। ਜਿਹੜੇ ਤੁਹਾਡੇ ਨਾਲ ਦੇ ਕੋਈ ਕਲਾਕਾਰ ਵਗੈਰਾ ਸੀਗੇ ਉਦੋਂ ਤੁਹਾਡੇ ਨਾਲ ਕੰਮ ਕਰਦੇ ਸੀ ਉਹਨਾਂ ਦੇ ਹਾਲਾਤ ਵੀ ਤੁਹਾਡੇ ਵਰਗੇ ਨੇ ਕਿ ਉਹ ਠੀਕ ਨੇ ਉਹ ਕੰਮ ਕਰ ਰਹੇ ਨੇ? ਨਹੀਂ ਉਹ ਕੰਮ ਕਰ ਰਹੇ ਨੇ ਬਹੁਤ ਵਧੀਆ ਹਾਲਾਤ ਨੇ ਬਹੁਤ ਵਧੀਆ ਕਿ ਨੇਗੇ ਪਰ ਮੈਨੂੰ ਵੀ ਕਿਹਾ ਉਹਨਾਂ ਨੇ ਬਹੁਤ ਵਾਰੀ ਕੰਮ ਕਰਨ ਵਾਸਤੇ ਪਰ ਜਦੋਂ ਇੰਨੀ ਮਿਹਨਤ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਵੀ ਫਿਰ ਵੀ ਕੋਈ ਮਿਹਨਤ ਪੱਲੇ ਨਾ ਪਵੇ ਜਿਹਦੇ ਕਾਰਨ ਆਪਦਾ ਘਰ ਹੀ ਨਾ ਚੱਲੇ ਫਿਰ ਮੈਨੂੰ ਵੀ ਵਧੀਆ ਜਿਹਾ ਨਹੀਂ ਲੱਗਿਆ ਇਸ ਕੰਮ 'ਤੇ ਵੀ ਜਦੋਂ ਕੋਈ ਪੈਸਾ ਤਾਂ ਕੋਈ ਨਹੀਂ ਦੇ ਰਿਹਾ ਹੈਗਾ ਉੰਨੀ ਕਮਾਈ ਨਹੀਂ ਦੇ ਰਿਹਾ ਜਿੰਨੀ ਆਪਾਂ ਮਿਹਨਤ ਕਰਦੇ ਹਾਂਗੇ ਤਾਂ ਕਰਕੇ ਫਿਰ ਮੈਂ ਆਪ ਹੀ ਖੁਦ ਬੇ ਖੁਦ ਉਹਨਾਂ ਨੂੰ ਜਵਾਬ ਦਿੱਤਾ ਗਾ ਵੀ ਮੈਂ ਨਹੀਂ ਕੰਮ ਕਰਨਾ ਹੈਗਾ ਪਰ ਹਾਂ ਜੇ ਕੋਈ ਮੈਨੂੰ ਵਧੀਆ ਪੈਸੇ ਮਿਲਦੇ ਆ ਵਧੀਆ ਵੱਡੇ ਪੱਧਰ 'ਤੇ ਕੰਮ ਮਿਲਦਾ ਤਾਂ ਮੈਂ ਜ਼ਰੂਰ ਕਰੂੰਗੀ। ਅੱਛਾ ਕਦੇ ਰਾਬਤਾ ਕਾਇਮ ਕੀਤਾ ਉਹਨਾਂ ਨੇ ਤੁਹਾਡੇ ਨਾਲ ਵੀ ਤੁਸੀਂ ਸੋਨਮ ਕਿੱਧਰ ਸਾਈਡ 'ਤੇ ਪੈ ਗਏ ਸੀ ਸਾਡੇ ਨਾਲ ਤੁਸੀਂ ਕੰਮ ਕਰੋ ਵਾਪਸ ਆ ਜਾਓ? ਹਾਂਜੀ ਮੈਨੂੰ ਮਿਲ ਕੇ ਵੀ ਗਏ ਆਏ ਵੀ ਹੈਗੇ ਇੱਥੇ ਵੀ ਮੈਨੂੰ ਦੁਬਾਰਾ ਕੰਮ ਕਰਨ ਲਈ ਕਹਿੰਦੇ ਵੀ ਹੈਗੇ ਪਰ ਜਦੋਂ ਕੋਈ ਇੰਨੀ ਮਿਹਨਤ ਜੀ ਨਹੀਂ ਦਿੰਦਾ ਹੈਗਾ ਫਿਰ ਮਨ ਜਾ ਨਹੀਂ ਕਰਦਾ ਹੈਗਾ ਜਾਣ ਨੂੰ। आस करते हैं कि तुहानू फिर काम मिले तो तुसी फिर उवें पहला वांग तरक्की करो वधिया आपदा काम करो चंगा परिवार आपदा जिहड़ा पालन पोषण कर सको क्योंकि हालात जिहड़े हुंदे ने ये हमेशा कुदरत दे हत्थ हुंदे ने कुदरत ने किस तरीके नाल हालात बदलने ने ते तुसी भी भावुक ना होया करो क्योंकि इस समय करतार दे रंग ने कदे उधर ते कदे इधर जे तुहाडे हालात अज इह ने सदा इह भी नहीं रहने हालात फिर भी बदल जाणगे। ਤੁਸੀਂ ਜੇ ਪਹਿਲਾਂ ਮਾਡਲਿੰਗ ਕਰਦੇ ਸੀ ਤਾਂ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਹੁਣ ਨਾ ਮਾਡਲਿੰਗ ਕਰੋਗੇ ਹੁਣ ਵੀ ਚੰਗਾ ਤੁਸੀਂ ਕੰਮ ਕਰ ਸਕਦੇ ਹੋ ਪਰ ਤੁਸੀਂ ਹੌਸਲਾ ਨਾ ਛੱਡੋ ਸਾਡੀਆਂ ਦਵਾਵਾਂ ਹਮੇਸ਼ਾ ਤੁਹਾਡੇ ਨਾਲ ਰਹਿਣੀਆਂ ਤਾਂ ਇਹ ਹਾਲਾਤ ਹੁੰਦੇ ਨੇ ਹਾਲਾਤਾਂ ਦੇ ਸਾਹਮਣੇ ਸਾਰਾ ਕੁਝ ਬਦਲਣਾ ਪੈਂਦਾ ਤੁਸੀਂ ਜੁੜੇ ਰਹੋ ਲੋਕਰੇ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਧੰਨਵਾਦ।